ਬਾਬੇ ਦੇ ਪਿਆਰ 'ਚ ਇੰਨੀ ਕੁ ਜ਼ਿਆਦਾ ਅੰਨ੍ਹੀ ਹੋ ਗਈ ਕਿ ਮਾਂ ਦੀ ਧੀ ਨੇ ਬਾਬੇ ਨਾਲ ਰਲ ਕੇ ਆਪਦੇ ਘਰਵਾਲੇ ਦਾ ਕੰਡਾ ਕੱਢਤਾ, ਅਤੇ ਉਸ ਤੋਂ ਬਾਅਦ ਫਿਰ ਜਿਹੜੇ ਬਾਬੇ ਨੇ ਚੰਨ ਚਾੜ੍ਹੇ ਫਿਰ ਮਾਰਦੀ ਸੀ ਮੱਥੇ 'ਤੇ ਹੱਥ ਵੀ ਆਹ ਕੀ ਬਣ ਗਿਆ। ਹਾਂਜੀ, ਕੀ ਹਾਲ ਚਾਲ ਨੇ ਭਰਾਵੋ, ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਕੀ ਹੁੰਦਾ ਕਿ ਇੱਕ ਔਰਤ ਹੁੰਦੀ ਆ ਜਿਹਦਾ ਨਾਂ ਹੁੰਦਾ ਜਸਵਿੰਦਰ ਕੌਰ। ਜਸਵਿੰਦਰ ਕੌਰ ਦਾ ਘਰਵਾਲਾ ਹੁੰਦਾ ਜੁਗਰਾਜ ਸਿੰਘ। ਜਿਹੜਾ ਜੁਗਰਾਜ ਸਿੰਘ ਹੁੰਦਾ ਇਹ ਬੜਾ ਸਾਊ ਅਤੇ ਸ਼ਰੀਫ ਜਿਹਾ ਬੰਦਾ ਹੁੰਦਾ, ਭੋਲਾ ਜਾਂ ਭਲਾ ਮਾਨਸ ਜਿਹਾ ਹੁੰਦਾ। ਜਿਹੜੀ ਜਸਵਿੰਦਰ ਕੌਰ ਸੀਗੀ ਇਹ ਸ਼ੁਰੂ ਤੋਂ ਹੀ ਪੇਕੇ ਘਰ ਦੇ ਵਿੱਚ ਵੀ ਖੁੱਲ੍ਹੇ ਡੁੱਲੇ ਮਾਹੌਲ 'ਚ ਰਹੀ ਸੀਗੀ, ਇਹਨੂੰ ਬਾਹਰ ਅੰਦਰ ਆਉਣ ਜਾਣ ਤੋਂ ਵੀ ਰੋਕ ਟੋਕ ਨਹੀਂ ਹੈਗੀ ਸੀਗੀ, ਅਤੇ ਉਵੇਂ ਇਹ ਸਹੁਰੇ ਘਰ ਦੇ ਵਿੱਚ ਇਹਨੇ ਮਾਹੌਲ ਰੱਖ ਲਿਆ ਕਿ ਕਿਉਂਕਿ ਘਰਵਾਲਾ ਵਾਲਾ ਚੁਸਤ ਚਲਾਕ ਹੈ ਨਹੀਂ ਸੀ ਜੁਗਰਾਜ ਸਿੰਘ, ਉਹ ਭਲਾ ਮਾਨਸ ਬੰਦਾ ਸੀਗਾ, ਤਾਂ ਇਹ ਸਾਰੀ ਖੁਦ ਮੁਖਤਿਆਰੀ ਇਹਦੇ ਹੱਥ 'ਚ ਹੀ ਸੀਗੀ। ਇਹਦੇ ਘਰ ਜੌੜੇ ਬੱਚੇ ਪੈਦਾ ਹੁੰਦੇ ਆ, ਇੱਕ ਬੇਟੀ ਅਤੇ ਇੱਕ ਬੇਟਾ, ਅਤੇ 7 ਕਿੱਲੇ ਇਹਨਾਂ ਦੀ ਜ਼ਮੀਨ ਹੁੰਦੀ ਹੈ, ਜਮ੍ਹਾਂ ਸ਼ਹਿਰ ਦੇ ਮੁੱਢ 'ਚ ਸ਼ਹਿਰੀ ਪ੍ਰੋਪਰਟੀ ਹੁੰਦੀ। ਤਾਂ ਜਿਹੜੀ ਜਸਵਿੰਦਰ ਕੌਰ ਸੀ ਬਈ, ਇਹ ਮੁੜ ਕੇ ਇੱਕ ਬਾਬੇ ਕੋਲ ਜਾਣ ਲੱਗ ਜਾਂਦੀ ਹੈ ਡੇਰੇ ਦੇ ਵਿੱਚ। ਜਿਹੜਾ ਬਾਬਾ ਸੀਗਾ ਉਹਦੇ ਕੋਲ 20-25 ਕਿੱਲੇ ਜ਼ਮੀਨ ਦੀ ਸੀਗੀ, ਉਹ ਵੀ ਵਿਆਹਿਆ ਵਰਿਆ ਸੀਗਾ। ਜਦੋਂ ਇਹ ਬਾਬੇ ਕੋਲ ਜਾਣ ਲੱਗ ਜਾਂਦੀ ਆ ਤਾਂ ਬਾਬੇ ਨਾਲ ਹੌਲੀ ਹੌਲੀ ਇਹਦਾ ਰਿਸ਼ਤਾ ਗੂੜ੍ਹਾ ਬਣ ਜਾਂਦਾ, ਤਾਂ ਇਹ ਹੌਲੀ ਹੌਲੀ ਸਾਰੀਆਂ ਆਪਦੀਆਂ ਘਰ ਦੀਆਂ ਗੱਲਾਂ ਬਾਬੇ ਨੂੰ ਦੱਸ ਦਿੰਦੀ ਆ। ਬਾਬਾ ਹੌਲੀ ਹੌਲੀ ਦੇ ਕੋਲੋਂ ਸਾਰਾ ਕੁਝ ਪੁੱਛ ਲੈਂਦਾ, ਇਹ ਦੱਸ ਦਿੰਦੀ ਆ ਕਿ ਮੇਰਾ ਘਰਵਾਲਾ ਵੀ ਭਲਾ ਮਾਨਸ ਜਿਹਾ ਸਿਧਰਾ ਜਿਹਾ ਹੈਗਾ ਜੀ, ਅਤੇ ਜਿਹੜੀ ਸਾਡੀ 7 ਕਿੱਲੇ ਜ਼ਮੀਨ ਆ ਉਹ ਜਮ੍ਹਾਂ ਸ਼ਹਿਰ ਦੇ ਮੁੱਢ ਦੇ ਵਿੱਚ ਆ। ਤਾਂ ਬਾਬੇ ਨੇ ਆਈਡੀਆ ਲਾ ਲਿਆ ਵੀ ਇਹਦੇ ਕੋਲ ਕਰੋੜਾਂ ਦੀ ਜ਼ਮੀਨ ਆ, ਅਤੇ ਘਰਵਾਲਾ ਦਾ ਹੈਗਾ ਘੁੱਗੂ ਭਲਾ ਮਾਨਸ, ਵੀ ਆਪਾਂ ਹੁਣ ਕਿਸੇ ਤਰੀਕੇ ਨਾਲ ਬੀਬੀ ਦੇ ਜਾਲ ਸਿੱਟ ਲਈਏ। ਫਿਰ ਬਾਬੇ ਨੇ ਕਿਵੇਂ ਜਾਲ ਸੱਟਿਆ ਬਈ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਤਾਂ ਬਾਬੇ ਨੇ ਕੀ ਕੀਤਾ ਵੀ ਇਹਦੇ ਨਾਲ ਆਪਦਾ ਇਸ਼ਕ ਚਲਾ ਲਿਆ। ਤਾਂ ਜਿਹੜੀ ਜਸਵਿੰਦਰ ਕੌਰ ਸੀ ਇਹ ਉਸ ਬਾਬੇ ਦੇ ਪਿਆਰ ਦੇ ਜਾਲ 'ਚ ਫਸ ਗਈ, ਤਾਂ ਇਹ ਆਪਦੇ ਘਰ ਨੂੰ ਝੂਠ ਮਾਰ ਕੇ ਬਾਬੇ ਕੋਲ ਹਫ਼ਤਾ ਹਫ਼ਤਾ ਰਾਤ ਵੀ ਰਹਿਣ ਲੱਗ ਗਈ। ਇਹ ਘਰਵਾਲੇ ਨੂੰ ਇਹ ਗੱਲ ਕਹਿ ਦਿਆ ਕਰੇ ਕਿ ਬਾਬਾ ਜੀ ਨੇ ਮੇਰੀ ਡੇਰੇ 'ਤੇ ਸੇਵਾ ਲਾਈ ਆ, ਅਤੇ ਮੈਂ ਹੁਣ ਹਫ਼ਤਾ ਘਰ ਨਹੀਂ ਆ ਸਕਦੀ। ਹੁਣ ਜੁਗਰਾਜ ਸਿੰਘ ਸੀਗਾ ਉਹ ਵਿਚਾਰਾ ਭਲਾ ਮਾਨਸ ਬੰਦਾ ਸੀਗਾ, ਮਾਂ ਪਿਓ ਦਾ ਸਿਰ 'ਤੇ ਨਹੀਂ ਹੈਗਾ ਸੀਗਾ। ਇੱਕ ਜੁਗਰਾਜ ਸਿੰਘ ਦੀ ਭੈਣ ਸੀ ਜਿਹੜੀ ਕਿ ਪਹਿਲਾਂ ਵਿਆਹੀ ਹੋਈ ਸੀਗੀ। ਇਸ ਤਰ੍ਹਾਂ ਹੌਲੀ ਹੌਲੀ ਸਾਰਾ ਕੰਮ ਚੱਲਦਾ ਰਿਹਾ। ਕਦੇ ਕਦੇ ਜਸਵਿੰਦਰ ਕੌਰ ਆਪਦੇ ਘਰਵਾਲੇ ਨੂੰ ਵੀ ਨਾਲ ਉੱਥੇ ਬਾਬੇ ਡੇਰੇ 'ਤੇ ਲੈ ਜਾਂਦੀ ਹੁੰਦੀ ਸੀਗੀ। ਇਹ ਦੋਵਾਂ ਦਾ ਰਿਸ਼ਤਾ ਇੰਨਾ ਕੁ ਗੂੜ੍ਹਾ ਹੋ ਗਿਆ ਕਿ ਜਸਵਿੰਦਰ ਕੌਰ ਬਾਬੇ ਨੂੰ ਕਹਿੰਦੀ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ, ਵੀ ਮੈਂ ਹੁਣ ਉੱਥੇ ਨਹੀਂ ਰਹਿ ਸਕਦੀ, ਮੇਰਾ ਦਮ ਘੁੱਟਿਆ ਜਾਂਦਾ। ਤਾਂ ਬਾਬਾ ਹੁਣ ਪਹਿਲਾਂ ਵਿਆਹਿਆ ਵਰਿਆ ਸੀਗਾ, ਬਾਬਾ ਕਹਿੰਦਾ ਕੋਈ ਗੱਲ ਨਹੀਂ, ਮੈਂ ਵੀ ਵਿਆਹ ਲਈ ਤਿਆਰ ਹਾਂ, ਨਾਲੇ ਆਪਣਾ ਵਿਆਹ ਹੋ ਜੂਗਾ ਅਤੇ ਨਾਲੇ ਸਾਰਾ ਡੇਰੇ ਦੀ ਮੁਖਤਿਆਰੀ ਤੇਰੇ ਹੱਥ 'ਚ ਆ ਜੂਗੀ, ਵੀ ਮੇਰੇ ਸਿਰ ਤੋਂ ਮਾੜਾ ਜਿਹਾ ਭਾਰ ਲੈ ਜੂਗਾ, ਹੈ ਨਾ। ਅਤੇ ਜਸਵਿੰਦਰ ਕੌਰ ਨੂੰ ਹੁਣ ਹੋਰ ਫੀਲਿੰਗ ਜ਼ਿਆਦਾ ਆਉਣ ਲੱਗ ਗਈ ਕਿ ਹੁਣ ਜੇ ਮੇਰਾ ਬਾਬੇ ਨਾਲ ਵਿਆਹ ਹੋ ਗਿਆ, ਚੰਗੀਆਂ ਗੱਡੀਆਂ 'ਚ ਘੁੰਮਿਆ ਕਰੂੰਗੀ, ਚੰਗਾ ਖਾਇਆ ਕਰੂੰਗੀ, ਚੰਗਾ ਪਾਇਆ ਕਰੂੰਗੀ, ਅਤੇ ਨਾਲੇ ਸਾਰੇ ਡੇਰੇ ਦੀ ਮੁਖਤਿਆਰੀ ਮੇਰੇ ਹੱਥ 'ਚ ਆਜੂਗੀ, ਬਾਬੇ ਨੇ ਹੁਣ ਫੀਲਿੰਗ ਦਵਾਤੀ, ਹੈ ਨਾ। ਫਿਰ ਇਹ ਦੋਵੇਂ ਜਿਹੜੇ ਰਲ ਕੇ ਕੀ ਕਰਦੇ ਆ, ਇਹ ਉਹਦੇ ਘਰਵਾਲੇ ਨੂੰ ਮਾਰਨ ਦਾ ਫੈਸਲਾ ਬਣਾ ਲੈਂਦੇ ਆ। ਜਸਵਿੰਦਰ ਕੌਰ ਕਹਿੰਦੀ ਹੈ ਬਾਬੇ ਨੂੰ ਵੀ ਐਂ ਕਰੀਏ ਵੀ ਤੂੰ ਮੇਰੇ ਘਰਵਾਲੇ ਦਾ ਕੰਡਾ ਕੱਢ ਦੇ, ਵੀ ਮੇਰਾ ਘਰਵਾਲਾ ਮਰ ਜੂਗਾ ਅਤੇ ਮੈਂ ਤੇਰੇ ਨਾਲ ਵਿਆਹ ਕਰਾ ਲਊਂਗੀ। ਬਾਬਾ ਕਹਿੰਦਾ ਕੋਈ ਚੱਕਰ ਨਹੀਂ, ਕੰਡਾ ਕੱਢ ਦਿਆਂਗੇ। ਫਿਰ ਜਿਹੜਾ ਬਾਬਾ ਹੁੰਦਾ ਉਹ ਹੌਲੀ ਹੌਲੀ ਜਸਵਿੰਦਰ ਕੌਰ ਦਾ ਦਿਮਾਗ ਉਸ ਪਾਸੇ ਲੈ ਕੇ ਜਾਂਦਾ ਕਿ ਤੁਸੀਂ ਐਂ ਕਰੋ ਕਿ ਤੁਹਾਡੀ ਸ਼ਹਿਰ ਦੀ ਪ੍ਰੋਪਰਟੀ ਆ, ਵੀ ਥੋੜ੍ਹੀ ਕਰੋੜਾਂ ਦੀ ਜ਼ਮੀਨ ਆ, ਤੁਸੀਂ 7 ਕਿੱਲੇ ਜ਼ਮੀਨ ਵੇਚ ਦਿਓ ਸ਼ਹਿਰ ਦੀ, ਅਤੇ ਆਪਾਂ ਕਿਸੇ ਪਿੰਡ ਦੇ ਵਿੱਚ 20-25 ਕਿੱਲੇ ਜ਼ਮੀਨ ਲੈ ਲਾਂਗੇ, ਵੀ ਗਾਂ ਤੇਰੀ ਔਲਾਦ ਵੀ ਰਾਜ ਕਰੂਗੀ, ਹੈ ਨਾ। 20-25 ਕਿੱਲੇ ਮੇਰੇ ਕੋਲ ਆ, 20-25 ਕਿੱਲੇ ਤੇਰੇ ਕੋਲ ਹੋ ਜੂਗੀ, 50 ਕਿੱਲੇ ਜ਼ਮੀਨ ਹੋ ਜੂਗੀ, ਡੇਰਾ ਆਪਣੇ ਕੋਲ ਹੈਗਾ ਹੀ ਆ। ਜਸਵਿੰਦਰ ਕੌਰ ਦੇ ਦਿਮਾਗ ਦੀ ਫਿਰ ਕੀ ਹੋਰ ਘੁੰਮ ਗਈ, ਇਹ ਤਾਂ ਗੱਲ ਹੀ ਬਣ ਗਈ, ਹੈ ਨਾ। 7 ਕਿੱਲੇ ਵਿੱਚ ਕੇ ਮੇਰੀ 25 ਕਿੱਲੇ ਬਣਦੀ ਆ, ਉਹ ਵੀ ਮੇਰੀ, ਇੱਧਰ ਬਾਬੇ ਦੀ ਆ ਉਹ ਵੀ ਮੇਰੀ, ਵੀ ਮੈਂ ਤਾਂ ਰਾਜ ਕਰੂੰਗੀ। ਚਲੋ ਜੀ, ਜਸਵਿੰਦਰ ਕੌਰ ਆਪਦੇ ਘਰ ਨੂੰ ਕਹਿੰਦੀ ਵੀ ਆਪਾਂ ਜ਼ਮੀਨ ਵੇਚਣੀ ਆ, ਜ਼ਮੀਨ ਵੇਚ ਕੇ ਆਪਾਂ ਕਿਤੇ ਪਿੰਡ 'ਚ ਜ਼ਮੀਨ ਬਣਾਵਾਂਗੇ, ਸ਼ਹਿਰ ਦੇ ਮੁੱਢ 'ਚ ਹੁਣ ਆਪਾਂ ਨੂੰ ਰੇਟ ਜ਼ਿਆਦਾ ਮਿਲ ਜੂਗਾ। ਬਾਬਾ ਜੀ ਨੇ ਹੁਕਮ ਲਾਇਆ ਵੀ ਤੁਸੀਂ ਜ਼ਮੀਨ ਵੇਚ ਕੇ ਅਤੇ ਕਿਸੇ ਪਿੰਡ 'ਚ ਜ਼ਮੀਨ ਲੈ ਲਓ, ਵੀ ਨਾਲੇ ਤੁਹਾਡੇ ਘਰ ਵੀ ਦੁੱਖ ਤਕਲੀਫ ਨਹੀਂ ਆਊਗਾ ਅਤੇ ਨਾਲੇ ਤੁਸੀਂ ਰਾਜ ਕਰੋਗੇ। ਜਿਹੜਾ ਘਰਵਾਲਾ ਸੀ ਵਿਚਾਰਾ ਤਾਂ ਵੀ ਭਲਾ ਮਾਨਸ ਸੀਗਾ,
ਜੇ ਉਹ ਚੁਸਤ ਚਲਾਕ ਹੁੰਦਾ ਤਾਂ ਡਾਂਗ ਫੇਰਦਾ ਉਹਦੇ ਆਪਦੀ ਘਰਾਲੀ ਤੇ, ਤੇ ਉਹ ਡੇਰਿਆਂ 'ਚ ਰਾਤਾਂ ਕਿਵੇਂ ਰਹਿ ਲੈਂਦੀ ਫਿਰ, ਹੈ ਨਾ। ਚਲੋ ਜੀ, ਬਾਬਾ ਉਹਨਾਂ ਦੀ ਜ਼ਮੀਨ ਵਿਕਾ ਦਿੰਦਾ, ਜ਼ਮੀਨ ਵਿਕ ਜਾਂਦੀ ਸਾਰੀ, ਜਿਹੜਾ ਪੈਸਾ ਧੇਲਾ ਸਾਰਾ ਹੁੰਦਾ ਉਹ ਜਸਵਿੰਦਰ ਕੌਰ ਦੇ ਅਕਾਊਂਟ 'ਚ ਆ ਜਾਂਦਾ। ਉਸ ਤੋਂ ਬਾਅਦ ਕੀ ਹੁੰਦਾ ਕਿ ਬਾਬਾ ਜਸਵਿੰਦਰ ਕੌਰ ਨੂੰ ਅਤੇ ਉਹਦੇ ਘਰ ਨਾਲ ਲੈ ਕੇ ਗੱਡੀ ਦੇ ਵਿੱਚ ਪਿੰਡਾਂ ਦੇ ਵਿੱਚ ਜ਼ਮੀਨ ਵਿਖਣੀ ਸ਼ੁਰੂ ਕਰ ਦਿੰਦੇ ਆ, ਤਾਂ ਇੱਕ ਥਾਂ 'ਤੇ ਇਹਨਾਂ ਨੂੰ 18 ਕਿੱਲੇ ਦਾ ਟੱਕ ਮਿਲਦਾ। ਬਾਬਾ ਉਹਦੀ ਸਾਈ ਕਰਾ ਦਿੰਦਾ, ਉਹਦਾ ਬਿਆਨਾ ਕਰਾ ਦਿੰਦਾ, ਰਜਿਸਟਰੀ ਡੇਟ 2 ਮਹੀਨੇ ਲੇਟ ਰੱਖ ਲੈਂਦਾ। ਜਦੋਂ ਬਿਆਨਾ ਹੋ ਜਾਂਦਾ ਉਸ ਤੋਂ ਬਾਅਦ ਫਿਰ ਇਹ ਜਸਵਿੰਦਰ ਕੌਰ ਜਿਹੜਾ ਬਾਬਾ ਸੀਗਾ ਇਹ ਰਲ ਕੇ ਪਲੈਨ ਬਣਾਉਂਦੇ ਆ ਕਿ ਤੂੰ ਆਪਦੇ ਘਰਾਲੇ ਨੂੰ ਡੇਰੇ ਦੇ ਵਿੱਚ ਲੈ ਕੇ ਆ, ਇੱਥੇ ਇਹਨੂੰ ਮਾਰਾਂਗੇ, ਇਹਨੂੰ ਮਾਰ ਕੇ ਅਤੇ ਫਿਰ ਆਪਾਂ ਕਾਰ ਐਕਸੀਡੈਂਟ ਬਣਾ ਦਾਂਗੇ, ਕਿਸੇ ਨੂੰ ਪਤਾ ਨਹੀਂ ਲੱਗਦਾ। ਚਲੋ ਜੀ, ਜਸਵਿੰਦਰ ਕੌਰ ਨੇ ਉਵੇਂ ਕੀਤਾ, ਇੱਕ ਦਿਨ ਆਪਦੇ ਘਰਾਲੇ ਨੂੰ ਡੇਰੇ 'ਤੇ ਲੈ ਆਉਂਦੀ ਆ, ਇੱਕ ਬਾਬਾ ਹੁੰਦਾ, ਇੱਕ ਆਪ ਹੁੰਦੀ ਆ, ਇੱਕ ਚੇਲਾ ਹੁੰਦਾ, ਤਿੰਨੇ ਰਲ ਕੇ ਜੁਗਰਾਜ ਸਿੰਘ ਨੂੰ ਮਾਰ ਦਿੰਦੇ ਆ। ਜਦੋਂ ਉਹਨੂੰ ਮਾਰ ਦਿੰਦੇ ਆ ਤਾਂ ਉਸ ਤੋਂ ਬਾਅਦ ਇਹ ਕੀ ਕਰਦੇ ਆ, ਉਹਨੂੰ ਗੱਡੀ ਦੇ ਵਿੱਚ ਪਾ ਕੇ ਰਾਤ ਨੂੰ ਅਤੇ ਉਹਦਾ ਐਕਸੀਡੈਂਟ ਕਰ ਦਿੰਦੇ ਆ, ਕਿਉਂਕਿ ਬਾਬੇ ਦੇ ਡੇਰੇ 'ਚ ਕੈਂਟਰ ਕੂੰਟਰ ਜੇ ਆਮ ਹੀ ਸੀਗੇ, ਉਹ ਕੈਂਟਰ ਕੂੰਟਰ ਮਾਰ ਕੇ ਉਹਦਾ ਐਕਸੀਡੈਂਟ ਕਰ ਦਿੰਦੇ ਆ ਅਤੇ ਐਕਸੀਡੈਂਟ ਬਣਾ ਦਿੰਦੇ ਆ। ਜਦੋਂ ਪਤਾ ਲੱਗਦਾ ਵੀ ਐਕਸੀਡੈਂਟ ਹੋ ਗਿਆ ਤਾਂ ਜਲਦੀ ਜਲਦੀ ਕੀ ਹੁੰਦਾ, ਬਾਬਾ ਆਪਦੇ ਚੇਲੇ ਨੂੰ ਭੇਜ ਦਿੰਦਾ ਅਤੇ ਨਾਲੇ ਜਸਵਿੰਦਰ ਕੌਰ ਹੁੰਦੀ ਹੈ ਲਾਸ਼ ਨੂੰ ਉੱਥੇ ਚੁਕਾ ਕੇ ਜਲਦੀ ਜਲਦੀ ਪਿੰਡ ਲੈ ਜਾਂਦੇ ਆ, ਉੱਥੇ ਜਾ ਕੇ ਸੰਸਕਾਰ ਕਰ ਦਿੰਦੇ ਆ। ਹੁਣ ਕਾਰਵਾਈ ਕਿਹਨੇ ਕਰਾਉਣੀ ਸੀ? ਕਾਰਵਾਈ ਤਾਂ ਘਰਵਾਲੀ ਨੇ ਕਰਾਉਣੀ ਸੀ, ਘਰਵਾਲੀ ਤਾਂ ਬਾਬੇ ਨਾਲ ਰਲੀ ਹੋਈ ਸੀਗੀ। ਚਲੋ ਜੀ, ਉਸ ਗੱਲ 'ਤੇ ਮਿੱਟੀ ਪੈ ਗਈ, ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਇਹ ਕਤਲ ਸੀ ਜਾਂ ਐਕਸੀਡੈਂਟ ਸੀਗਾ। ਬਾਬੇ ਨੇ ਕਿਹਾ ਵੀ ਹੁਣ ਇੱਧਰੋਂ ਤਾਂ ਜਾਣ ਛੁੱਟ ਗਈ। ਜਦੋਂ ਉਸ ਤੋਂ ਬਾਅਦ ਕੀ ਹੁੰਦਾ ਵੀ ਜਦੋਂ ਰਜਿਸਟਰੀ ਦੀ ਡੇਟ ਨੇੜੇ ਆ ਜਾਂਦੀ, ਬਾਬਾ ਇਸ ਔਰਤ ਨੂੰ ਕਹਿੰਦਾ ਵੀ ਐਂ ਕਰ ਵੀ ਪੈਸੇ ਸਾਰੇ ਲਏ ਆ, ਵੀ ਕੱਲ੍ਹ ਨੂੰ ਆਪਾਂ ਰਜਿਸਟਰੀ ਕਰਾਉਣ ਜਾਣਾ। ਤਾਂ ਇਹ ਔਰਤ ਕੀ ਕਰਦੀ ਹੈ, ਸਾਰਾ ਪੈਸਾ ਧੇਲਾ ਲੈ ਕੇ ਬਾਬਾ ਆਪਦੀ ਗੱਡੀ ਭੇਜ ਦਿੰਦਾ, ਇਹਦੇ ਨਾਲ ਸਾਰਾ ਪੈਸਾ ਧੇਲਾ ਕਢਾ ਕੇ ਡੇਰੇ 'ਚ ਲੈ ਆਉਂਦੀ ਆ। ਤਾਂ ਅਗਲੇ ਦਿਨ ਬਾਬਾ ਇਹਨੂੰ ਕੀ ਕਰਦਾ, ਰਜਿਸਟਰੀ ਕਰਾਉਣ ਲਈ ਗੱਡੀ 'ਚ ਬਿਠਾ ਲੈਂਦਾ। ਇੱਕ ਬਾਬਾ ਹੁੰਦਾ, ਇੱਕ ਉਹ ਚੇਲਾ ਹੁੰਦਾ, ਇੱਕ ਬਾਬੇ ਦਾ ਪਿਓ ਨਾਲ ਹੁੰਦਾ। ਜਦੋਂ ਇਹ ਰਜਿਸਟਰੀ ਕਰਾਉਣ ਲਈ ਜਾਂਦੇ ਆ, ਪਰ ਇਹਨਾਂ ਨੇ ਉਦੋਂ ਉਸ ਦਿਨ ਰਜਿਸਟਰੀ ਕਰਾਉਣੀ ਨਹੀਂ ਹੁੰਦੀ, ਇਹਨਾਂ ਨੇ ਇਕੱਲਾ ਉਹਨੂੰ ਜਸਵਿੰਦਰ ਨੂੰ ਝੂਠ ਮਾਰਿਆ ਹੁੰਦਾ ਬਸ। ਤਾਂ ਇਹ ਭਾਖੜਾ ਦੇ ਕੋਲ ਗੱਡੀ ਲੈ ਜਾਂਦੇ ਆ, ਉੱਥੇ ਜਸਵਿੰਦਰ ਦੀਆਂ ਲੱਤਾਂ ਬੰਨ੍ਹ ਕੇ ਚੱਕ ਕੇ ਭਾਖੜਾ ਦੇ ਵਿੱਚ ਮਾਰਦੇ, ਉੱਥੋਂ ਗੱਡੀ ਭਜਾ ਲੈਂਦੇ ਆ। ਹੁਣ ਜਸਵਿੰਦਰ ਵਿਚਾਰੀ ਹੱਥ ਪੈਰ ਮਾਰਦੀ ਆ, ਥੋੜ੍ਹੇ ਰੁੜ ਕੇ ਗਾਂਹ ਜਾਂਦੀ ਆ, ਅੱਗੇ ਪੁਲ ਦੇ ਕੋਲ ਮੁੰਡੇ ਨਹਾਉਂਦੇ ਹੁੰਦੇ ਆ ਅਤੇ ਉਹ ਇਹਨੂੰ ਬਾਹਰ ਕੱਢ ਲੈਂਦੇ ਆ। ਜਦੋਂ ਇਹਨੂੰ ਬਾਹਰ ਕੱਢ ਲੈਂਦੇ ਆ, ਇਹਦੀ ਜਾਨ ਬਚ ਜਾਂਦੀ ਆ। ਚਲੋ, ਗੋਤੇ ਗਾਤੇ ਆਉਂਦੇ ਮਾੜਾ ਮਾੜਾ ਪਾਣੀ ਅੰਦਰ ਪੈਂਦਾ, ਉਹ ਮੁੰਡੇ ਪੁੱਠੀ ਪੁੱਠੀ ਪਾ ਕੇ ਇਹਨੂੰ ਕੱਢ ਦਿੰਦੇ ਆ ਅਤੇ ਘੰਟੇ 2 ਘੰਟੇ 'ਚ ਸੈੱਟ ਹੋ ਜਾਂਦੀ ਆ। ਉਸ ਤੋਂ ਬਾਅਦ ਇਹ ਸਿੱਧੀ ਜਾ ਕੇ ਥਾਣੇ ਪੇਸ਼ ਹੋ ਜਾਂਦੀ ਆ। ਉੱਥੇ ਜਾ ਕੇ ਇਹ ਔਰਤ ਸਾਰੀ ਆਪਦੀ ਕਰਤੂਤ ਦੱਸ ਦਿੰਦੀ ਆ ਕਿ ਮੈਂ ਬਾਬੇ ਪਿੱਛੇ ਲੱਗ ਕੇ ਆਹ ਕੰਮ ਕਰ ਬੈਠੀ, ਬਾਬੇ ਨੇ ਪਹਿਲਾਂ ਮੇਰਾ ਘਰਵਾਲਾ ਮਾਰਤਾ, ਮੇਰਾ ਸਾਰਾ ਪੈਸਾ ਹੜੱਪ ਗਿਆ ਅਤੇ ਹੁਣ ਉਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਚਲੋ ਜੀ, ਬਾਬੇ 'ਤੇ FIR ਕੱਟੀ ਜਾਂਦੀ ਆ, ਪੁਲਿਸ ਆ ਕੇ ਬਾਬੇ ਨੂੰ ਚੱਕ ਲੈਂਦੀ ਆ। ਜਦੋਂ ਬਾਬੇ ਦੇ ਘੋਟਣਾ ਫਿਰਦਾ, ਬਾਬਾ ਸਾਰਾ ਕੁਛ ਮੰਨ ਜਾਂਦਾ, ਬਾਬੇ ਦੇ ਚੇਲੇ 'ਤੇ ਵੀ ਘੋਟਣਾ ਫਿਰਦਾ, ਬਾਬੇ ਦੇ ਪਿਓ 'ਤੇ ਵੀ ਘੋਟਣਾ ਫਿਰਦਾ ਅਤੇ ਜਿਹੜੀ ਉਹ ਜਨਾਨੀ ਸੀਗੀ ਫਿਰ ਉਹਦੇ 'ਤੇ ਵੀ ਘੋਟਣਾ ਫਿਰਿਆ, ਕਿਉਂਕਿ ਜੁਗਰਾਜ ਸਿੰਘ ਸੀਗਾ, ਉਹਦੀ ਭੈਣ ਨੂੰ ਸਾਰਾ ਕੁਛ ਤਾਂ ਪਤਾ ਲੱਗ ਗਿਆ। ਫਿਰ ਉਹਨੇ ਵੀ ਦੁਹਾਈਆਂ ਪਾਈਆਂ ਥਾਣੇ 'ਚ ਆ ਕੇ, ਕੇਸ ਹੋਰ ਸੋਲਿਡ ਹੋ ਗਿਆ ਜੋ ਸਾਰੇ ਪ੍ਰੂਫ ਸਾਹਮਣੇ ਆ ਗਏ। ਫਿਰ ਜਿਹੜਾ ਬਾਬਾ ਸੀਗਾ ਉਹਨੂੰ 20 ਸਾਲ ਦੀ ਸਜ਼ਾ ਹੁੰਦੀ ਆ, 10 ਸਾਲ ਦੀ ਸਜ਼ਾ ਜਸਵਿੰਦਰ ਕੌਰ ਨੂੰ ਹੁੰਦੀ ਆ, ਚੇਲੇ ਨੂੰ 20 ਸਾਲ ਦੀ ਸਜ਼ਾ ਹੁੰਦੀ ਆ। ਜਿਹੜਾ ਬਾਬੇ ਦਾ ਪਿਓ ਸੀ ਉਹ ਕਾਫੀ ਜ਼ਿਆਦਾ ਬਜ਼ੁਰਗ ਸੀ, 70 ਸਾਲਾਂ ਦਾ ਸੀਗਾ, ਅਤੇ ਉਹਨੂੰ ਘੱਟ ਸਜ਼ਾ ਹੁੰਦੀ ਹੈ। ਹੁਣ ਤੁਸੀਂ ਦੇਖੋ ਵੀ ਇਸ ਔਰਤ ਨੇ ਇੱਕ ਪਖੰਡੀ ਬਾਬੇ ਦੇ ਪਿੱਛੇ ਲੱਗ ਕੇ ਆਪਦਾ ਘਰਵਾਲਾ ਮਰਵਾ ਲਿਆ, ਸਾਰੀ ਆਪਦੀ ਜ਼ਮੀਨ ਵੇਚ ਕੇ ਗਵਾਲੀ, ਆਪਦੇ ਜਵਾਕਾਂ ਨੂੰ ਕਰਤਾ ਦਿਹਾੜੀ ਜੋਗਾ। ਜਿਹੜੀਆਂ ਬੀਬੀਆਂ ਪਖੰਡੀਆਂ ਦੇ ਡੇਰਿਆਂ 'ਤੇ ਜਾ ਕੇ ਆਪਦੇ ਘਰ ਦਾ ਭੇਤ ਦਿੰਦੀਆਂ ਨੇ, ਬਾਬੇ ਦੇ ਲੱਤਾਂ ਘੁੱਟਦੀਆਂ ਨੇ, ਆਪਦੇ ਘਰਵਾਲੇ ਨੂੰ ਬੁੱਧੂ ਬਣਾਉਂਦੀਆਂ ਨੇ, ਉਹਨਾਂ ਬੀਬੀਆਂ ਨੂੰ ਕਈ ਵਾਰੀ ਇਹੋ ਜਿਹੇ ਖਮਿਆਜੇ ਭੁਗਤਣੇ ਪੈ ਸਕਦੇ ਆ ਜਿਹੜਾ ਕਿ ਜਸਵਿੰਦਰ ਕੌਰ ਨੂੰ ਭੁਗਤਣਾ ਪਿਆ। ਇਸ ਕਰਕੇ ਜਿਹੜੀਆਂ ਬੀਬੀਆਂ ਪਖੰਡੀਆਂ ਦੇ ਡੇਰਿਆਂ 'ਤੇ ਜਾਂਦੀਆਂ ਨੇ, ਉਹ ਆਹ ਵੀਡੀਓ ਦੇਖ ਕੇ ਸਿਆਣੀਆਂ ਹੋ ਜਾਓ, ਕਿਤੇ ਤੁਹਾਡੇ ਨਾਲ ਇਹੋ ਜਿਹਾ ਕੋਈ ਹਾਦਸਾ ਨਾ ਵਾਪਰ ਜੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ। ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ।